ਹੁਣ ਤੁਹਾਨੂੰ ਇੱਕ ਵਾਰ ਲਾਸਟ ਵਾਕ ਅਰਾਊਂਡ ਦਿਖਾਉਂਦੇ ਹਨ, ਬਾਕੀ ਤੁਸੀਂ ਅੱਗੇ ਦੀ ਵੀਡੀਓ 'ਚ ਇਹਨੂੰ ਤੁਸੀਂ ਕੰਟੀਨਿਊ ਵੇਖਿਓ, ਐਂਡ ਬਾਕੀ ਤੁਹਾਨੂੰ ਮੈਂ ਇੱਕ ਵਾਰ ਇੰਜਨ ਵਿਖਾ ਦਾਂ ਦੈਨ ਉਹ ਤੋਂ ਬਾਅਦ। ਕਾਕੂ ਮੇਰੀ ਜਾਨ, ਅਬੇ ਉਸ ਪੇ ਚੜਾ ਦੇ ਗਿਆ ਕਿਆ ਉਸਕਾ ਗਾੜੀ ਹੈ। ਕਾਕੂ ਖੜਾ ਹੋ ਜਾ ਪਿੱਛੇ, ਕਾਕੂ ਪਿੱਛੇ ਖੜਾ ਹੋ ਜਾ, ਅਗੇ ਜਾਮ ਬਹੁਤ ਆ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਐਂਡ ਵੈਲਕਮ ਬੈਕ ਟੂ ਮਾਈ ਚੈਨਲ ਟੈਬਨੇਟ ਅੰਡਰਸਕੋਰ J05। ਜੀਪ ਤੋਂ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਅਲੋਏ ਤੋਂ ਸਟਾਰਟ ਕਰਦੇ ਹਾਂ। ਅਲੋਏ ਰਿਮ ਸਾਈਜ਼ ਹੈਗਾ 15, ਅਲੋਏ 'ਤੇ ਟਾਇਰ ਲੱਗਾ ਹੋਇਆ ਆ 15/65, ਰਿਮ 15 ਦਾ ਟਾਇਰ ਲੱਗਿਆ ਹੋਇਆ ਆ, ਬਾਕੀ ਚਾਰੋਂ ਟਾਇਰ ਫਰੈਸ਼ ਕੰਡੀਸ਼ਨ 'ਚ ਹੈਗੇ ਨੇ। ਬਾਕੀ ਡੈਂਟਿੰਗ ਪੇਂਟਿੰਗ ਦੀ ਜੇ ਪ੍ਰੋਪਰ ਨੀਡ ਹੈਗੀ ਆ, ਜੇ ਤਾਂ ਕੁਛ ਕੁਛ ਚੀਜ਼ਾਂ ਆ, ਮੈਂ ਇੱਥੋਂ ਜਿੱਥੋਂ ਮੈਂ ਗੱਡੀ ਲਈ ਆ ਉਹਦੀ ਵੀਡੀਓ ਵੀ ਤੁਹਾਨੂੰ ਇੱਕ ਵਾਰ ਦਿਖਾ ਦਾਂਗਾ, ਐਂਡ ਇਹ ਉੜੀਸਾ ਨੰਬਰ 'ਤੇ ਰਜਿਸਟਰਡ ਆ। ਬਾਕੀ ਅਸੀਂ ਵਿੱਚ ਇਹ ਦੋ ਲਾਈਟਾਂ ਲਗਾਈਆਂ ਆ, ਹੈੱਡਲਾਈਟਸ ਚੇਂਜ ਕੀਤੀਆਂ, ਉਹ 'ਚ ਬਲਬ ਲਗਾਇਆ ਆ। ਬਾਕੀ ਤੁਹਾਨੂੰ ਹੁਣ ਗੱਡੀ 'ਚ ਦਿਖਾਉਂਦੇ ਹਾਂ। ਅਸੀਂ ਪ੍ਰੋਪਰ ਇਹ ਲਾਈਕ ਸਟੇਅਰਿੰਗ ਔਨਲਾਈਨ ਮੰਗਵਾ ਕੇ 'ਚ ਸਟੇਅਰਿੰਗ ਲਗਵਾਇਆ ਆ, ਬਾਕੀ ਮੀਟਰ ਓਵਰਆਲ ਸਾਰੇ ਮੀਟਰ ਰਨਿੰਗ 'ਚ ਆ, ਇਹਦੇ ਨਾਲ ਗੱਡੀ ਬੰਦ ਹੁੰਦੀ ਹੈ। ਸਾਡਾ ਗਲਵ ਬਾਕਸ ਹੋ ਗਿਆ, ਐਂਡ ਬਾਕੀ ਹੁੱਡ ਅਜੇ ਇੱਥੇ ਨਹੀਂ ਲਗਾਈ ਹੋਈ ਆ, ਹੁੱਡ ਵੀ ਅਸੀਂ ਜੇ ਫਟਾਫਟ ਜਲਦੀ ਤੋਂ ਜਲਦੀ ਅਸੀਂ ਲਗਵਾ ਲਾਂਗੇ। ਬਾਕੀ ਬ੍ਰੇਕਿੰਗ ਆਲ ਸਭ ਕੁਛ ਸਹੀ ਆ, ਕੁਛ ਕੁਛ ਚੀਜ਼ਾਂ ਦਾ ਕੰਮ ਹੈ ਜੋ ਨਾਲ ਨਾਲ ਥੋੜ੍ਹਾ ਬਹੁਤ ਅਸੀਂ ਕਰਵਾ ਚੁੱਕੇ ਹਾਂ, ਜੋ ਕਿ ਬਹੁਤ ਟਾਈਮ ਹੋ ਚੁੱਕਿਆ। ਅਗਰ ਤੁਸੀਂ ਸਨੈਪਚੈਟ ਔਰ ਇੰਸਟਾਗ੍ਰਾਮ 'ਚ ਹੋ ਤਾਂ ਤੁਹਾਨੂੰ ਪਤਾ ਰਹੇਗਾ ਕਿ ਅਸੀਂ ਬਹੁਤ ਪਹਿਲਾਂ ਦੀ ਇਹ ਜੀਪ ਲਈ ਹੋਈ ਹੈ। ਸੋ ਇਹਦੀ ਵੀਡੀਓ ਨਹੀਂ ਸੀ। ਪਿੱਛੇ ਦਾ ਜੋ ਇੱਕ ਅਲੋਏ ਵੀਲ ਹੈ, ਉਹ ਵੀਲ ਪਲੱਸ ਟਾਇਰ ਦੋਨੋਂ ਹੈਗੇ ਆ, ਬਟ ਸਾਡਾ ਜਿਹੜਾ ਟਾਇਰ ਪੈਂਚਰ ਹੋ ਗਿਆ ਸੀ ਉਸ ਕਰਕੇ ਅਸੀਂ ਉਹਨੂੰ ਲਾ ਕੇ ਉਹਨੂੰ ਅਸੀਂ ਘਰੇ ਹੀ ਰੱਖ ਕੇ ਆਏ ਹਾਂ। ਬਾਕੀ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਵੀ ਸੀਟ ਆ, ਐਂਡ ਇੱਕ ਆਹ ਸੀਟ ਆ। ਬਾਕੀ ਕੁਛ ਕੁਛ ਬੋਡੀ ਪਾਰਟ ਅਜੇ ਜ਼ਿਆਦਾ ਉਹ ਸਭ ਰਿਪੇਅਰ ਹੋਣ ਵਾਲਾ, ਉਹ ਸਭ ਰਿਪੇਅਰ ਹੋਣ ਜਾਊਗੀ ਜੋ ਡੈਂਟਿੰਗ ਪੇਂਟਿੰਗ 'ਚ ਜਾਊਗੀ। ਬਾਕੀ ਤੁਸੀਂ ਸਭ ਦੱਸੋ ਅਸੀਂ ਕੀ ਅਪਡੇਟ ਇਹਦੇ ਵਿੱਚ ਕਰਵਾ ਸਕਦੇ ਹਾਂ ਹੋਰ। ਬਾਕੀ ਇਹ ਸੀਟ ਦਾ ਥੋੜ੍ਹੀ ਜਿਹੀ ਐਡਜਸਟਨੇਬਲ ਸਹੀ ਨਹੀਂ ਹੈ, ਉਹਨੂੰ ਹੁਣ ਇਹ ਚੀਜ਼ ਨੂੰ ਯਾਦ ਤਾਂ ਅਸੀਂ ਥੋੜ੍ਹਾ ਉਹਨੂੰ ਕੱਟ ਕੇ ਉੱਪਰ ਕਰਾਂਗੇ, ਤੁਹਾਨੂੰ ਆਉਣ ਵਾਲੀ ਅੱਗੇ ਵੀਡੀਓ 'ਚ ਪ੍ਰੋਪਰ ਤੁਹਾਨੂੰ ਪਤਾ ਲੱਗੇਗਾ। ਐਂਡ ਬਾਕੀ ਇਹਦੇ ਪਿੱਛੇ ਸੀਟ ਇਸ ਸਾਈਡ ਦੀ ਕੁਛ ਸੀਟ ਆ, ਐਂਡ ਬਾਕੀ ਇਹਦਾ ਮੀਟਰ ਡਾਊਨ ਹੋ ਜਾਂਦਾ, ਡਾਊਨ ਅਸੀਂ ਪਹਿਲਾਂ ਤੋਂ ਡਾਊਨ ਕਰਕੇ ਰੱਖਿਆ ਹੋਇਆ ਆ। ਤੁਹਾਨੂੰ ਇੱਕ ਵਾਰ ਪਿੱਛੇ ਜਾ ਕੇ ਦਿਖਾਉਂਦਾ ਮੈਂ, ਪਿੱਛੇ ਮੇਰੇ ਅਕੋਰਡਿੰਗਲੀ ਈਜ਼ੀਲੀ ਦੋ ਬੰਦੇ ਆਰਾਮ ਨਾਲ ਕੰਫਰਟੇਬਲ ਹੋ ਕੇ ਬਹਿ ਸਕਦੇ ਨੇ।
ਐਂਡ ਇੱਕ ਬੰਦਾ ਅਗਰ ਬੰਦਾ ਤਾਂ ਪ੍ਰੋਪਰ ਵਿੱਚ ਆਏ ਬੰਦਾ ਬਹੂਗਾ, ਪ੍ਰੋਪਰ ਉਹਨੂੰ ਅੱਗੇ ਦਾ ਟੋਟਲ ਵਿਊ ਆਊਗਾ। ਬਾਕੀ ਤੁਸੀਂ ਦੇਖ ਸਕਦੇ ਛੋਟੀ ਛੋਟੀ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਉਸਦਾ, ਪੇਂਟਿੰਗ ਵਗੈਰਾ 'ਤੇ ਜਾਊਗਾ। ਐਂਡ ਹੁਣ ਤੁਹਾਨੂੰ ਇੱਕ ਵਾਰ ਹੁੱਡ ਖੋਲ੍ਹ ਕੇ ਇੱਕ ਵਾਰ ਇੰਜਨ ਵਿਖਾ ਦਿੰਦੇ ਹਾਂ ਜਿੱਥੋਂ ਦੀ ਅਸੀਂ ਇਹ ਜੀਪ ਲਈ ਸੀ ਐਂਡ ਜਿਸ ਕੰਡੀਸ਼ਨ 'ਚ ਸੀਗੀ। ਅਸੀਂ ਇਹਨੂੰ ਪ੍ਰੋਪਰ ਉਹਨੂੰ ਵਾਸ਼ਿੰਗ ਕਰਵਾ ਕੇ, ਇਹਨੂੰ ਔਨ ਕਰਵਾ ਕੇ, ਮੈਂ, ਕਾਕੂ ਐਂਡ ਇੱਕ ਦੋ ਜਣ ਹੋਰ ਵੀ ਸੀ, ਇਜਾਜ਼ ਸੀ, ਅਸੀਂ ਸਭ ਇਹਨੂੰ ਜਾ ਕੇ ਔਨ ਕਰਕੇ ਲੈ ਕੇ ਆਏ ਹਾਂ। ਐਂਡ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮੈਨੂੰ ਜ਼ਰੂਰ ਦੱਸਿਓ ਕਿ ਇਹਦੇ ਵਿੱਚ ਹੋਰ ਕੀ ਨੀਡਸ ਅਸੀਂ ਇਹਨੂੰ ਕਰ ਸਕਦੇ ਹਾਂ। ਐਂਡ ਬਾਕੀ ਤੁਸੀਂ ਸਭ ਦਾ ਪਿਆਰ ਹੈ, ਤੁਸੀਂ ਜਿੰਨਾ ਹੁਣ ਅੱਗੇ ਵੀ ਇਸ ਵੀਡੀਓ ਨੂੰ ਪਿਆਰ ਦਿਉਂਗੇ, ਅਸੀਂ ਉਸ ਤਰੀਕੇ ਨਾਲ ਇਹਨੂੰ ਹੋਰ ਮੋਡੀਫਾਈ ਕੰਪਲੀਟ ਕਰਕੇ ਹੋਰ ਇਹਨੂੰ ਅਪਡੇਟ ਕਰਕੇ ਲੈ ਕੇ ਆਵਾਂਗੇ। ਬਾਕੀ ਹੁਣ ਤੁਹਾਨੂੰ ਇੱਕ ਵਾਰ ਲਾਸਟ ਵੋਕ ਅਰਾਊਂਡ ਦਿਖਾਉਂਦੇ ਹਾਂ। ਬਾਕੀ ਤੁਸੀਂ ਅੱਗੇ ਦੀ ਵੀਡੀਓ 'ਚ ਇਹਨੂੰ ਤੁਸੀਂ ਕੰਟੀਨਿਊ ਵੇਖਿਓ। ਐਂਡ ਬਾਕੀ ਤੁਹਾਨੂੰ ਮੈਂ ਇੱਕ ਵਾਰ ਇੰਜਨ ਵਿਖਾ ਦਾਂ, ਦੈਨ ਉਸ ਤੋਂ ਬਾਅਦ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਬਾਕੀ ਇਹਦੇ ਹੁੱਡ ਦਾ ਵੀ ਅਜੇ ਕੰਮ ਹੋਣ ਵਾਲਾ, ਜੋ ਕਿ ਅਸੀਂ ਜਦੋਂ ਡੈਂਟਿੰਗ ਪੇਂਟਿੰਗ 'ਚ ਜਾਊਂਗੇ ਤਾਂ ਇੱਕ ਹੀ ਸਾਥ ਉਹਨੂੰ ਡੈਂਟਿੰਗ ਪੇਂਟਿੰਗ ਕਰਾਵਾਂਗੇ। ਬਾਕੀ ਤੁਸੀਂ ਦੇਖ ਸਕਦੇ ਹੋ ਇਹ 'ਚ ਹੋਰਨ ਅਸੀਂ ਲਗਵਾਏ ਆ। ਐਂਡ ਬਾਕੀ ਇਹ DI ਪਿਕਅਪ ਇੰਜਨ ਹੈ, ਜੋ ਕਿ ਸਭ ਤੋਂ ਪਹਿਲਾਂ ਇੰਜਨ ਆਉਂਦਾ ਸੀ। ਐਂਡ ਬਾਕੀ ਓਵਰਆਲ ਚੀਜ਼ਾਂ ਹੈਗੀਆਂ, ਬੈਟਰੀ ਵੀ ਅਸੀਂ ਹੁਣ ਇਹਨੂੰ ਦੂਜੀ ਪਵਾਈ ਸੀ, ਉਸ ਟਾਈਮ ਬੈਟਰੀ ਵੀ ਨਹੀਂ ਸੀਗੀ। ਬਾਕੀ ਛੋਟੀ ਛੋਟੀ ਕਲਿੱਪਸ ਹੈ ਜੋ ਮੈਂ ਜਦੋਂ ਲਈ ਸੀ, ਉਸ ਕਲਿੱਪਸ ਨੂੰ ਮੈਂ ਵੀਡੀਓ 'ਤੇ ਜ਼ਰੂਰ ਐਡ ਆਨ ਕਰ ਦਾਂਗਾ, ਜਿਸ ਤੋਂ ਤੁਹਾਨੂੰ ਪਤਾ ਲੱਗੇ ਕਿ ਕਿਸ ਜਗ੍ਹਾ ਤੋਂ ਲਈ ਸੀ, ਕਿਹੜੀ ਕੰਡੀਸ਼ਨ 'ਚ ਸੀ। ਹੁਣੇ ਤੱਕ ਮੈਨੂੰ ਫਿਰ ਵੀ ਬਹੁਤ ਬੈਟਰ ਕੰਡੀਸ਼ਨ 'ਚ ਲਾਏ ਹਾਂ। ਐਂਡ ਬਾਕੀ ਓਵਰਆਲ ਇੱਕ ਵਾਰ ਜਾਊਗੀ ਇਹਦੀ, ਜਿਹਨੇ ਮੋਬਿਲ ਵਗੈਰਾ ਆ, ਏਅਰ ਫਿਲਟਰਸ ਵਗੈਰਾ ਆ, ਸਭ ਕੁਝ ਅਸੀਂ ਚੇਂਜ ਕਰਤਾ ਆ। ਸੋ ਹੁਣ ਇਸ ਵੀਡੀਓ ਨੂੰ ਅਸੀਂ ਐਂਡ ਕਰਾਂਗੇ। ਬਾਕੀ ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਆਪਣਾ ਪਿਆਰ ਜ਼ਰੂਰ ਦਿਓ, ਵੀਡੀਓ ਨੂੰ ਲਾਈਕ ਐਂਡ ਸਬਸਕ੍ਰਾਈਬ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਜਿਸ ਦੇ ਨਾਲ ਸਾਨੂੰ ਹੌਸਲਾ ਮਿਲੂਗਾ ਐਂਡ ਅਸੀਂ ਹੋਰ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆ ਸਕਾਂਗੇ। ਐਂਡ ਬਾਕੀ ਇਹ ਜੋ ਚੈਨਲ ਹੈ ਤੁਹਾਡੇ ਸਾਰਿਆਂ ਦਾ ਹੀ ਚੈਨਲ ਹੈ, ਐਂਡ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ। ਅਤੇ ਹੁਣ ਜੋ ਵੀਡੀਓ ਲੈ ਰਿਹਾ ਉਹਦਾ ਨਾਮ ਇਜਾਜ਼ ਹੈ, ਤੁਹਾਨੂੰ ਉਹ ਇਜਾਜ਼ ਦੇ ਨਾਲ ਹੀ ਮਿਲਾਉਂਦੇ ਹਾਂ। ਹੁਣ ਮੇਰੇ ਨਾਲ ਹੈਗਾ ਆ ਇਜਾਜ਼, ਐਂਡ ਜੋ ਕਿ ਮੇਰੀ ਸਾਰੀ ਵੀਡੀਓਜ਼ ਵਗੈਰਾ ਸ਼ੂਟ ਕਰ ਰਿਹਾ ਸੀ, ਨਾਲ ਇੱਕ ਸ਼ੁਭਮ ਭਰਾ ਹੈ ਜੋ ਥੋੜ੍ਹਾ ਲੈਪਟੋਪ ਆਫਿਸ ਕੰਮ ਕਰ ਰਿਹਾ ਹੈ। ਸੋ ਅਸੀਂ ਇਸ ਵੀਡੀਓ ਨੂੰ ਹੁਣ ਅਸੀਂ ਇੱਥੇ ਐਂਡ ਕਰਾਂਗੇ। ਐਂਡ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ 'ਚ ਕੁਛ ਨਾ ਕੁਛ ਜ਼ਰੂਰ ਪਸੰਦ ਆਇਆ ਹੋਊਗਾ। ਐਂਡ ਅਗਰ ਤੁਹਾਨੂੰ ਫਸਟ ਆਫ ਆਲ ਅਗਰ ਜੀਪ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੇ ਬਗੈਰ ਨਹੀਂ ਜਾਣਾ, ਨਾਲ ਦੇ ਨਾਲ ਆਪਣੀ ਸਾਰੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ। ਐਂਡ ਬਾਕੀ ਇਜਾਜ਼ ਵੀ ਹੁਣ ਚਲਾਊਗਾ ਜੀਪ। ਅਤੇ ਬਾਕੀ ਇੱਕ ਵਾਰ ਇਹਦੀ ਲਾਈਟਸ ਔਨ ਕਰੀ, ਲਾਈਟਸ ਔਨ ਕਰਨਾ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਲਾਈਟਸ ਔਨ ਹੈ, ਪ੍ਰੋਪਰ ਲਾਈਟਿੰਗ ਵਗੈਰਾ ਸਭ ਕੁਝ ਚੱਲਦੀਆਂ ਨੇ। ਐਂਡ ਇਹਦੇ ਵਿੱਚ ਮੋਡਸ ਹੈਗੇ ਨੇ, ਉਹ ਆਹ ਮੋਡਸ ਨਹੀਂ ਦਿਖਾਉਣਾ ਹੈ ਤੁਸੀਂ, ਆਹ ਸਭ ਮੋਡ ਦੇਖ ਸਕਦੇ ਹੋ। ਬਾਕੀ ਇਹਦੇ ਵਿੱਚ ਹੋਰ ਵੀ ਅਲੱਗ ਅਲੱਗ ਦੇ ਮੋਡਸ ਹੈ, ਜ਼ਿਆਦਾ ਰੋਸ਼ਨੀ ਨਹੀਂ ਹੈ ਬਟ ਹਾਂ ਇੰਨੀ ਰੋਸ਼ਨੀ ਹੈ ਕਿ ਅੱਗੇ ਪਤਾ ਲੱਗਦਾ ਲਾਈਟਿੰਗ ਦੇ ਬਾਰੇ। ਐਂਡ ਬਾਕੀ ਤੁਸੀਂ ਦੇਖ ਸਕਦੇ ਹੋ ਮੀਟਰ ਪ੍ਰੋਪਰ ਵਰਕਿੰਗ ਹੈ, ਮੀਟਰ 'ਤੇ ਲਾਈਟ ਵਗੈਰਾ ਸਭ ਕੁਝ ਚੱਲਦੀ ਹੈ। ਐਂਡ ਈਵਨ ਬੈਟਰੀ ਪਾਵਰ ਐਂਡ ਪੈਟਰੋਲ ਸਭ ਕੁਝ ਦੱਸਦਾ ਆ। ਐਂਡ ਇਹ ਪੁਆਇੰਟ ਹੈਗਾ ਆਈ, ਐਂਡ ਸੀਟ ਵਗੈਰਾ ਸਭ ਵਧੀਆ ਹੀ ਹੈ। ਸੋ ਚਲੋ ਹੁਣ ਤੁਹਾਨੂੰ ਇੱਕ ਵਾਰ ਵੀਡੀਓ 'ਤੇ ਸਭ ਕੁਝ ਤਾਂ ਦਿਖਾ ਤੋ, ਤੁਸੀਂ ਜੀਪ ਚੱਲਦੀ ਹੋਈ ਵੀ ਦੇਖ ਲਈ, ਸਭ ਕੁਝ ਦੇਖ ਲਿਆ। ਹੁਣ ਤੁਹਾਨੂੰ ਇੱਕ ਵਾਰ ਜੀਪ ਦੀ ਐਕਚੁਅਲ 'ਚ ਜਦੋਂ ਔਨ ਕਰਦੇ ਉਸ ਟਾਈਮ ਦੀ ਸਾਊਂਡ ਇੱਕ ਵਾਰ ਤੁਹਾਨੂੰ ਸਾਊਂਡ ਸੁਣਾਉਂਦੇ ਹਾਂ। ਇਜਾਜ਼ ਬਾਈ ਔਨ ਕਰੂਗਾ, ਬਾਕੀ ਜੀਪ 'ਚ ਦੀ ਓਰਿਜਿਨਲ ਸਾਊਂਡ ਹੈ ਇਹਦੀ, ਜੋ ਕਿ ਥੋੜ੍ਹੀ ਜਿਹੀ DI ਇੰਜਨ ਹੈ ਤਾਂ ਪਹਿਲੋਂ ਵਾਲੇ ਇੰਜਨ ਦਾ ਸਾਊਂਡ ਹੈ। ਐਂਡ ਜਦੋਂ ਔਨ
ਪਹਿਲੀ ਗੱਲ ਹੈ ਡੀਜ਼ਲ ਇੰਜਨ ਹੈ ਅਤੇ ਹਲਕਾ ਧੂੰਆਂ ਮਾਰਦੀ ਹੀ ਆ ਬਾਈ, ਥੋੜ੍ਹਾ ਜਿਹੀ ਰੈਪ ਕਰੀ। ਉਧਰ ਕਰ, ਪੂਰਾ ਕਰ। ਬਾਕੀ ਦੇਖਦਾ ਸਰ ਪਿੱਛੇ ਦੀ ਲਾਈਟਾਂ ਉਲਟਾਂ ਸਭ ਕੁਛ ਵਰਕਿੰਗ ਹੈ ਐਂਡ ਠੀਕ ਹੈ ਬਾਈ, ਥੈਂਕ ਯੂ ਸੋ ਮਚ ਬਾਈ। ਸੋ ਹੁਣ ਵੀਡੀਓ ਨੂੰ ਅਸੀਂ ਇੱਥੇ ਐਂਡ ਕਰਦੇ ਹਾਂ ਐਂਡ ਬਾਕੀ ਸਭ ਤੋਂ ਇੱਕ ਹੋਰ ਚੀਜ਼, ਸਭ ਤੋਂ ਅਲੱਗ ਚੀਜ਼ ਜੀਪ ਦੀ ਬੰਦ ਕਰਨ ਦਾ ਤਰੀਕਾ ਬਹੁਤ ਅਲੱਗ। ਤੁਸੀਂ ਸੋਚੋ ਨਾ ਕਿ ਜੀਪ ਚਾਬੀ ਨਾਲ ਬੰਦ ਹੋਊਗੀ, ਨਹੀਂ, ਜੀਪ ਦਾ ਇਗਨੀਸ਼ਨ ਇੱਥੇ ਆ ਜਿੱਥੋਂ ਦੀ ਅਸੀਂ ਇਹਨੂੰ ਅਸੀਂ ਫੁੱਲ ਕਰਦੇ ਹਾਂ ਅਤੇ ਜੀਪ ਬੰਦ ਹੋ ਜਾਂਦੀ ਹੈ। ਇਹ ਜੋ ਤਰੀਕਾ ਇਹ ਸਭ ਤੋਂ ਪੁਰਾਣੀ ਪਹਿਲੀ ਜੀਪਾਂ ਦੇ ਵਿੱਚ ਆਉਂਦਾ ਸੀਗਾ। ਅਤੇ ਬਾਕੀ ਤੁਸੀਂ ਉਮੀਦ ਕਰ ਤੁਹਾਨੂੰ ਵੀਡੀਓ ਸਹੀ ਲੱਗੀ ਹੋਵੇ ਐਂਡ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਐਂਡ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਗੈਰ ਨਾ ਜਾਇਓ ਐਂਡ ਫਿਰ ਅਸੀਂ ਮਿਲਦੇ ਹਾਂ ਕੁਛ ਨਵੀਂ ਇੱਕ ਵੀਡੀਓ 'ਤੇ। ਟਿਲ ਦੈਟ ਬਾਏ ਬਾਏ, ਟੇਕ ਕੇਅਰ, ਸਾਈਨਿੰਗ ਆਫ ਟਰਬਿਨੇਟਰ_GH05।